कई बच्चे यहो इंडिया भी आए हुए ने वह भी जनता ने कह के उन्होंने पुर्तगाल का कह के ते पर ग्रीस उन्होंने छड़ दिता है। वह भी बच्चे बड़े गुरुद्वारा साहब गया परेशान माता जी नाल लैके तो उत्थे पहुँच के ना देखिया बड़े बच्चे जड़े है इलीगल तरीके डंकियां ला के ग्रीस पहुँचे हुए ने 10 तो 15 जने हैगे सी आराम नाल उत्थे ते उन्होंने अपनी हड्ड बीतियां दसिया कि असी किदा किदा पंजाब तो आए। कुछ बच्चे साइप्रस तो पुर्तगाल के नाते भेजे जाते हैं, कुछ इंडिया तो एजेंट कह देंगे कि असी तुहानू पुर्तगाल भेजा देंगे तुसी लाइक पैसे जड़े आ बाद चो दे दिया जे ठीक है तुहानू असी पुर्तगाल पहुँच तक दे जिहड़ी सिस्टम हुंदा जो भी तुहाडे डंकियां नाल तुहानू एजेंट कहिंदे समझाते हैं। सो अज माता जी नाल लैके गया तो माता जी के नाल बच्चों ने सारिया ने अपने हड्ड बीती सुनाई। ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੁੰਦਾ, ਮੈਂ ਬਹੁਤ ਵਾਰ ਸਮਝਾਇਆ ਹੋਇਆ ਕਿ ਇਦਾਂ ਦੇ ਗਲਤ ਤਰੀਕੇ ਨਾ ਲਾਇਆ ਕਰੋ ਕਿਉਂਕਿ ਇੱਥੋਂ ਗ੍ਰੀਸ ਤੋਂ ਅੱਗੇ ਨਿਕਲਣਾ ਬਹੁਤ ਔਖਾ ਹੈਗਾ। ਪਹਿਲਾਂ ਮੈਂ ਮਾਤਾ ਜੀ ਨੂੰ ਆਪਣੇ ਅੱਜ ਵੀਡੀਓ ਦੇ ਵਿੱਚ ਨਾਲ ਲੈ ਕੇ ਆਉਣ ਲੱਗਿਆ ਤਾਂ ਕਿ ਤੁਹਾਨੂੰ ਮੇਰੇ ਤੇ ਵਿਸ਼ਵਾਸ ਤਾਂ ਨਹੀਂ ਹੈਗਾ, ਚਲੋ ਮੇਰੇ ਮਾਤਾ ਜੀ ਤੇ ਤਾਂ ਵਿਸ਼ਵਾਸ ਤੁਸੀਂ ਕਰ ਹੀ ਸਕਦੇ ਹੋ। ਮੈਂ ਅੱਜ ਆਪਣੇ ਬੇਟੇ ਨਾਲ ਗੁਰਦੁਆਰੇ ਗਈ, ਗੁਰਦੁਆਰੇ ਗਈ ਤਾਂ ਉੱਥੇ ਮੈਨੂੰ ਕਈ ਪੰਜਾਬੀ ਬੱਚੇ ਮਿਲੇ। ਉਹਨਾਂ ਬੱਚਿਆਂ ਨੂੰ ਮੈਂ ਪੁੱਛਿਆ ਤੁਸੀਂ ਕਿੱਥੋਂ ਆਏ, ਉਹਨਾਂ ਨੇ ਮੈਨੂੰ ਦੱਸਿਆ, ਉਹਨਾਂ ਬੱਚਿਆਂ ਨੇ ਆਪਣੀ ਹੱਡ ਬੀਤੀ ਸਾਰੀ ਦੱਸੀ। ਬੜਾ ਮਨ ਨੂੰ ਦੁੱਖ ਹੋਇਆ ਵੀ ਇੰਨੇ ਇੰਨੇ ਪੈਸੇ ਲਾ ਕੇ ਬਾਹਰ ਕੁਛ ਬਣਨ ਵਾਸਤੇ ਆਏ ਪਰ ਜਨਤਾ ਨੇ ਉਹਨਾਂ ਨੂੰ ਗਲਤ ਰਾਇ ਦੇ ਕੇ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਠੀਕ ਹੈ, ਮੈਂ ਇਹੀ ਕਹੂੰਗੀ ਵੀ ਜਿੰਨਾ ਜਨਤਾ ਕੋਲ ਵੀ ਵੀਜ਼ਾ ਲਾਉਣਾ ਚਾਹੁੰਦੇ ਨੇ ਪਹਿਲਾਂ ਉਹਨਾਂ ਨਾਲ ਵੀਜ਼ੇ ਦੀ ਗੱਲ ਕਰਨ, ਵੀਜ਼ਾ ਆਪਣਾ ਨਾਲ ਲੈ ਕੇ ਫਿਰ ਕਿਤੇ ਹੋ ਜਾਵਾਂ। ਜਿੱਥੋਂ ਦਾ ਵੀ ਉਹਨਾਂ ਨੇ ਜਾਣਾ ਉਸੇ ਸ਼ਹਿਰ ਦਾ ਹੀ ਵੀਜ਼ਾ ਹੋਵੇ। ਪੇਪਰਾਂ ਤੋਂ ਬਿਨਾਂ ਇੱਥੇ ਕੋਈ ਵੈਲਿਊ ਨਹੀਂ, ਨਾ ਪੇਪਰਾਂ ਤੋਂ ਬਿਨਾਂ ਕੋਈ ਕੰਮ ਹੈ ਨਾ ਕੋਈ ਪੇਪਰ ਹੈ ਅਤੇ ਕੰਮ ਹੈਗਾ। ਕਈ ਬੱਚੇ ਵਿੱਚੋਂ ਇੱਥੋਂ ਸਾਈਪ੍ਰਸ ਤੋਂ ਆਏ ਸੀ, ਜਨਤਾ ਨੂੰ ਪੁਲਤ ਕਰ ਕਹਿਣ ਕੇ ਵੀ ਅਸੀਂ ਪੁਰਤਗਾਲ ਜਾਣਾ, ਜਨਤਾ ਨੇ ਕਿਹਾ ਅਸੀਂ ਅੱਗੋਂ ਪਏ ਪਰ ਉਹਨਾਂ ਜਨਤਾ ਨੇ ਉਹਨਾਂ ਨੂੰ ਗ੍ਰੀਸ ਵਿੱਚ ਹੀ ਛੱਡ ਦਿੱਤਾ। ਹੁਣ ਉਹ ਬੱਚੇ ਬਹੁਤ ਹੀ ਪਰੇਸ਼ਾਨ ਨੇ, ਅੱਗੋਂ ਜਾਣ ਵਾਸਤੇ ਉਹਨਾਂ ਨੂੰ ਕੋਈ ਰਾਹ ਨਹੀਂ ਦਿਸਦਾ। ਕਈ ਬੱਚੇ ਇਹੋ ਇੰਡੀਆ ਵਿੱਚੋਂ ਵੀ ਆਏ ਹੋਏ ਨੇ, ਉਹ ਵੀ ਜਨਤਾ ਨੇ ਕਹਿ ਕੇ ਉਹਨਾਂ ਨੂੰ ਪੁਰਤਗਾਲ ਦਾ ਕਹਿ ਕੇ ਅਤੇ ਪਰ ਗ੍ਰੀਸ ਵਿੱਚ ਉਹਨਾਂ ਨੂੰ ਛੱਡ ਦਿੱਤਾ। ਉਹ ਵੀ ਬੱਚੇ ਬੜੇ ਪਰੇਸ਼ਾਨ ਨੇ। ਮੇਰੀ ਇਹੀ ਸਲਾਹ ਹੈ ਕਿ ਬੱਚੇ ਤੁਸੀਂ ਆਪਣੀ ਇਹ ਜਨਤਾ ਨਾਲ ਪੱਕੀ ਗੱਲ ਕਰਕੇ ਵੀਜ਼ਾ ਲੈ ਕੇ ਅੱਗੋਂ ਚੱਲੋ ਅਤੇ ਆਪਣੇ ਮਾਂ ਬਾਪ ਦੇ ਪੈਸਾ ਨਾ ਖਰਾਬ ਕਰੋ। ਸੋ ਤੁਸੀਂ ਮੰਮਾ ਨੇ ਲੈ ਕੇ ਵੀਡੀਓ ਤਾਂ ਤੁਸੀਂ ਦੇਖ ਹੀ ਲਈ, ਠੀਕ ਹੈ, ਗੁਰਦੁਆਰੇ ਜਾ ਕੇ ਇਹ ਸਾਰੀਆਂ ਚੀਜ਼ਾਂ ਉੱਥੇ ਜਾ ਕੇ ਦੇਖੀਆਂ ਨੇ ਤਾਂ ਇਹ ਚੀਜ਼ਾਂ ਨਾ ਮੰਮਾ ਨੂੰ ਬੜਾ ਦਿਲ ਨੂੰ ਹੋਇਆ ਕਿ ਯਾਰ ਆਪਣੇ ਮਾਂ ਪਿਓ ਦਾ ਪੈਸਾ ਇੰਨਾ ਖਰਾਬ ਕਰਦੇ ਨੇ ਬੱਚੇ ਅਤੇ ਕਿਉਂਕਿ ਉਹ ਕੁਛ ਆਪ ਵੀ ਨਾ ਰਿਸਰਚ ਨਹੀਂ ਕਰਦੇ, ਆਪਾਂ ਆਪਣੇ ਆਪ ਨੂੰ ਐਜੂਕੇਟ ਹੀ ਨਹੀਂ ਕਰਦੇ, ਸਿੱਧਾ ਏਜੰਟਾਂ ਕੋਲ ਜਾਂਦੇ ਹਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਹਾਂ ਕਿ ਆਪਾਂ ਪੁਰਤਗਾਲ ਪਹੁੰਚਾ ਦਾਂਗੇ, ਹਾਂਜੀ ਪੁਰਤਗਾਲ ਪਹੁੰਚ ਜਾਓਗੇ, 12 ਲੱਖ ਲੱਗੇਗਾ ਜੀ, 14 ਲੱਖ ਲੱਗੇਗਾ, ਡਨ ਹੈ ਜੀ, ਸ਼ੋਰ ਸ਼ੋਰਟ ਵੀਜ਼ਾ ਤੁਹਾਨੂੰ ਮਿਲ ਜਾਏਗਾ। ਬੜੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਤੁਹਾਨੂੰ ਸਮਝਣ ਦੀ ਲੋੜ ਹੈ, ਬਹੁਤ ਜ਼ਿਆਦਾ ਚੀਜ਼ਾਂ ਤੁਹਾਨੂੰ ਗ੍ਰੀਸ ਬਾਰੇ ਮੈਂ ਆਪਣੇ ਯੂਟਿਊਬ ਚੈਨਲ 'ਤੇ ਮੈਂ ਸਮਝਾਉਂਦਾ ਅਤੇ ਬੜੀਆਂ ਚੀਜ਼ਾਂ ਤੁਹਾਨੂੰ ਆਪਣੇ ਯੂਟਿਊਬ ਚੈਨਲ 'ਤੇ ਮੈਂ ਦੱਸਦਾ ਹੁੰਦਾ ਗ੍ਰੀਸ ਦੇ ਬਾਰੇ, ਕਿਵੇਂ ਡੰਕੀਆਂ ਲੱਗਦੀਆਂ, ਕੀ ਸਿਸਟਮ ਹੁੰਦਾ, ਆਪਣੇ ਆਪ ਵੀ ਤੁਸੀਂ ਆ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ, ਜੇ ਡੰਕੀ ਲਾਉਣੀ ਹੀ ਹੈ ਕੋਈ ਦਿੱਕਤ ਨਹੀਂ ਹੈਗੀ, ਲਾਓ, ਬਹੁਤ ਬੱਚੇ ਲਾਉਂਦੇ ਹੈ, ਏਜੰਟਾਂ ਨੂੰ ਵਿੱਚ ਪਾਉਣ ਦੀ ਲੋੜ ਹੀ ਨਹੀਂ, ਤੁਸੀਂ ਆਪਣੇ ਆਪ ਹੀ ਸਰਬੀਆ ਅਤੇ ਸਰਬੀਆ ਤੋਂ ਤੁਸੀਂ ਗ੍ਰੀਸ ਪਹੁੰਚ ਜਾਓਗੇ। ਅੱਗੇ ਦੀ ਡੰਕੀ ਜਿਹੜੀ ਹੁੰਦੀ ਹੈ ਉਹ ਔਖੀਆਂ ਲੱਗਦੀਆਂ ਨੇ, 100 ਦੇ ਵਿੱਚੋਂ 15 ਤੋਂ 20% ਹੀ ਜਿਹੜੇ ਬੰਦੇ ਪੁਰਤਗਾਲ ਜਾਂ ਜਰਮਨ ਫਰਾਂਸ ਪਹੁੰਚ ਸਕਦੇ ਨੇ। ਆਪਣਾ ਪੈਸਾ ਨਾ ਖਰਾਬ ਕਰਿਆ ਕਰੋ ਅਤੇ ਗ੍ਰੀਸ ਦੇ ਵਿੱਚ ਵੀ ਜੇ ਤੁਸੀਂ ਇਲੀਗਲ ਤਰੀਕੇ ਨਾਲ ਆਉਂਦੇ ਹੋ ਤਾਂ ਇੱਥੇ ਕੋਈ ਕੰਮ ਨਹੀਂ ਹੈਗੇ ਇੰਨੇ ਕਿ ਤੁਹਾਨੂੰ ਇੱਥੇ ਕੰਮ ਮਿਲ ਜਾਏ, ਜਾਂ ਤਾਂ ਖੇਤੀਬਾੜੀ ਦਾ ਕੰਮ ਮਿਲ ਜਾਏਗਾ ਜੇ ਜਾਣ ਪਛਾਣ ਹੈਗੀ ਹੈ ਤਾਂ, ਜਾਂ ਫੈਕਟਰੀਆਂ ਦੇ ਵਿੱਚ ਲੁੱਕ ਲੁਕਾ ਕੇ ਤੁਹਾਡਾ ਕੰਮ ਮਿਲ ਜੂਗਾ, ਨਹੀਂ ਤਾਂ ਰਿਫਿਊਜੀ ਲੈ ਕੇ ਹੀ ਤੁਸੀਂ ਇੱਥੇ ਕੰਮ ਕਰ ਪਾਓਗੇ, ਹੋਰ ਕੋਈ ਤਰੀਕੇ ਨਹੀਂ ਹੈਗੇ। ਅਤੇ ਸਾਈਪ੍ਰਸ ਤੋਂ ਵੀ ਬੱਚੇ ਬੜੇ ਲੁੱਟੇ ਜਾਂਦੇ ਆ, ਸਾਈਪ੍ਰਸ ਤੋਂ ਕਹਿ ਦਿੰਦੇ ਆ ਤੁਹਾਨੂੰ ਹੰਗਰੀ ਲੰਘਾ ਦਾਂਗੇ, ਪੁਰਤਗਾਲ ਪਹੁੰਚਾ ਦਾਂਗੇ, ਇੱਦਾਂ ਦੀਆਂ ਕੋਈ ਗੇਮਾਂ ਨਹੀਂ ਹੈਗੀਆਂ, 6-6 ਹਜ਼ਾਰ ਯੂਰੋ 8-8 ਹਜ਼ਾਰ ਯੂਰੋ ਲੈ ਲੈਂਦੇ ਨੇ, ਠੀਕ ਹੈ ਜੀ, ਵਾਇਆ ਸਰਬੀਆ, ਸਰਬੀਆ ਆਪਾਂ ਨੂੰ ਓਨਰਾਈਵਲ ਹੈ ਅਤੇ ਉੱਥੇ ਜਾ ਕੇ ਫਿਰ ਤੁਹਾਨੂੰ ਗ੍ਰੀਸ ਹੀ ਪਹੁੰਚਾਉਣਗੇ ਉਹ, ਸਰਬੀਆ ਤੋਂ ਤੁਹਾਨੂੰ ਟਰਾਈ ਕਰਾਉਂਦੇ ਆ ਹੰਗਰੀ ਲੰਘਾਉਣ ਦੇ ਵਿੱਚ ਵਾਇਆ ਟੈਕਸੀ, ਅਤੇ ਸਰਬੀਆ ਵਾਲੇ ਤੁਹਾਡੀ ਉੱਥੇ ਚੈਕਿੰਗ ਹੁੰਦੀ ਹੈ ਪ੍ਰੋਪਰ ਵੇ ਨਾਲ। ਹਾਂ ਜੇ ਕਿਤੇ ਨਾ ਹੋਏ 2-5-10% ਨਾ ਹੋਵੇ ਉਹ ਗੱਲ ਵੱਖਰੀ ਹੈ, ਕਿਸਮਤ ਚੰਗੀ ਵਾਲੇ ਦਿਨ, ਬਟ ਵੈਸੇ ਉੱਥੇ ਤੁਹਾਡੀ ਚੈਕਿੰਗ ਹੁੰਦੀ ਹੈ ਅਤੇ ਤੁਹਾਨੂੰ ਉੱਥੇ ਵੀਜ਼ਾ ਚੈੱਕ ਕਰਦੇ ਹੈਗਾ ਕਿ ਨਹੀਂ ਹੈਗਾ, ਤੁਹਾਨੂੰ ਵਾਪਸ ਭੇਜ ਦਿੰਦੇ ਆ, ਫਿਰ ਸਰਬੀਆ ਤੋਂ ਤੁਹਾਡੇ ਕੋਲ ਇੱਕ ਹੀ ਰਸਤਾ ਗ੍ਰੀਸ ਆਉਣ ਦਾ, ਹੋਰ ਕੋਈ ਰਸਤਾ ਨਹੀਂ ਹੈਗਾ। ਸੋ ਸ਼ਾਇਦ ਤੁਹਾਨੂੰ ਮੇਰੇ 'ਤੇ ਵਿਸ਼ਵਾਸ ਨਾ ਆਉਂਦਾ ਹੋਵੇ ਤਾਂ ਕਰਕੇ ਅੱਜ ਮੰਮਾ ਗੁਰਦੁਆਰੇ ਗਏ ਅਤੇ ਉਹਨਾਂ ਨੂੰ ਕੁਦਰਤੀ ਬੱਚੇ ਉੱਥੇ ਮਿਲ ਗਏ, ਤਾਂ ਕਰਕੇ ਮੰਮਾ ਨੂੰ ਲੱਗਿਆ ਕਿ ਸ਼ਾਇਦ ਇੱਕ ਇਸ ਵੀਡੀਓ 'ਤੇ ਮੈਨੂੰ ਦੱਸਣਾ ਚਾਹੀਦਾ। ਅਤੇ ਮੰਮਾ ਨੂੰ ਜਿੱਦਾਂ ਵੀ ਬੋਲਣਾ ਆਇਆ ਉਹਨਾਂ ਨੇ ਬੋਲਤਾ ਵੀਡੀਓ ਦੇ ਵਿੱਚ, ਆਈ ਹੋਪ ਤੁਹਾਨੂੰ ਥੋੜ੍ਹੀ ਬਹੁਤ ਸ਼ਾਇਦ ਕੋਈ ਇਨਫੋਰਮੇਸ਼ਨ ਮਿਲ ਗਈ ਹੋਵੇ, ਤਾਂ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।